इस वेले दी वड्डी खबर कांग्रेस दे नाल जुड़ी हुई सामने आ रही है। कांग्रेस दे वल्लों दलवीर गोल्डी दे हक दे विच धूरी विखे एक वड्डी रैली कीती गई, जिस दे विच नवजोत सिंह सिद्धू, चरणजीत सिंह चन्नी ते प्रियंका गांधी मौजूद सी। पहला दलवीर गोल्डी स्टेज दे उत्तों बोलदे ने, उस तो बाद सुनील जाखड़ संबोधन करदे ने, पर जदों नवजोत सिंह सिद्धू दा नाम लिया जांदा तां नवजोत सिंह सिद्धू वल्लों स्टेज दे उत्ते बोलण तों इनकार कर दिता गया। नवजोत सिंह सिद्धू वालों इनकार कर दिता। इस मामले के उत्ते साडे नाल ज़्यादा जानकारी दे लई साडे सहयोगी सुखविंदर सिंह सिद्धू जुड़े हुए हैं, पर उस तो पहला तुहानूं ओह वीडियो दिखाने आ नवजोत सिंह सिद्धू दी कि आखिर जिहड़ा इनकार किया, पहला तुहानूं दिखाने ओह वीडियो। ते हुण बब्बर शेर तकड़ा लाला बब्बर शेर तुहाडे विच आ रहा है, नवजोत तेरी सोच ते सिद्धू तेरी सोच ते, जिन्ना दी थोनू बहुत सबरी बेसबरी तो इंतजार सी। चन्नी सरकार सिद्धू साहब कहंदे मैं तो थोड़े आला ही हां, कहंदे मैं हुण रहन देना, मैं तो थोड़े आला ही हां, थोड़े नाल गल करदा। चन्नी साहब थोड़े विच आ गए जिन्ना दी बहुत होवे, ते हुण बब्बर शेर तकड़ा लाला बब्बर शेर थोड़े विच आ रहा है, नवजोत तेरी सोच ते सिद्धू तेरी सोच ते, जिन्ना दी थोनू बहुत सबरी बेसबरी तो इंतजार सी। सुनिया तुसी किवें जदों दलवीर गोल्डी दे पत्नी कहंदे ने कि नवजोत सिंह सिद्धू बब्बर शेर हुण स्टेज दे उत्ते बोलण दे लई तैयार ने, तां नवजोत सिंह सिद्धू इशारा कर दिंदे ने कि मैं नहीं बोलना, इनकार कर दिंदे ने बोलण तों। तुसी वीडियो दे विच साफ देखिया, ते हुण साडे सहयोगी साडे नाल जुड़े होए ने ज्यादा जानकारी दी ले। सुखविंदर, अज दी घटना जिहड़ी अज दी इस वीडियो जिहड़ी देखी आ, सब ने देखी आ, इस वीडियो तों बाद ਤੁਹਾਡਾ ਕੀ ਕਹਿਣਾ? ਨਵਜੋਤ ਸਿੰਘ ਸਿੱਧੂ ਜਿਵੇਂ ਇਨਕਾਰ ਕਰ ਰਹੇ ਨੇ, ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨਾਰਾਜ਼ ਨੇ ਜਾਂ ਫਿਰ ਸਿੱਧੂ ਦੇ ਵੱਲੋਂ ਮੌਨ ਵਰਤ ਰੱਖਿਆ ਗਿਆ? ਕੀ ਕਹਿਣਾ ਤੁਹਾਡਾ? ਦੇਖੋ, ਇਹ ਜਦੋਂ ਤੋਂ ਵੀਡੀਓ ਜਿਹੜੀ ਵਾਇਰਲ ਹੋਈ, ਜਦੋਂ ਤੋਂ ਇਹ ਵਾਇਰਲ ਨਹੀਂ ਆਪਾਂ ਕਹਿ ਸਕਦੇ, ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਇੱਕਦਮ ਬੋਲਣ ਤੋਂ ਰੈਲੀ ਦੇ ਵਿੱਚ ਸਾਫ਼ ਇਨਕਾਰ ਕਰ ਦਿੱਤਾ, ਤਾਂ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਸੀ ਜਾਣਨ ਦੇ ਲਈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹਨਾਂ ਨੇ ਇਸ ਰੈਲੀ ਦੇ ਵਿੱਚ ਬੋਲਣ ਤੋਂ ਇਨਕਾਰ ਕਿਉਂ ਕਰ ਦਿੱਤਾ, ਕਿਉਂਕਿ ਨਵਜੋਤ ਸਿੰਘ ਸਿੱਧੂ ਪ੍ਰਿਯੰਕਾ ਗਾਂਧੀ ਨੂੰ ਬਹੁਤ ਜ਼ਿਆਦਾ ਮੰਨਦੇ ਨੇ, ਤੇ ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਤਿਆਰੀ ਵੀ ਕਰ ਰਹੇ ਸੀਗੇ, ਤੇ ਨਵਜੋਤ ਸਿੰਘ ਸਿੱਧੂ ਲਗਾਤਾਰ ਤਿਆਰੀਆਂ ਦੇ ਵਿੱਚ ਜੁਟੇ ਹੋਏ ਸੀ। ਸਵਾਗਤ ਦੇ ਲਈ ਵੀ ਲਗਾਤਾਰ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਵੀ ਬੋਲਿਆ, ਤਾਂ ਉਮੀਦ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਤਾਪੜ ਤੋੜ ਧਮਾਕੇਦਾਰ ਜਿਹੜੀਆਂ ਸਪੀਚਾਂ ਇੱਥੇ ਰੈਲੀਆਂ ਦੇ ਵਿੱਚ ਦੇਣਗੇ, ਪਰ ਜਦੋਂ ਕੋਟਪੁਰਾ ਦੇ ਵਿੱਚ ਤਾਂ ਨਾ ਚਰਨਜੀਤ ਸਿੰਘ ਚੰਨੀ ਪ੍ਰਿਯੰਕਾ ਗਾਂਧੀ ਦੇ ਨਾਲ ਮੌਜੂਦ ਸੀ, ਨਾ ਹੀ ਜਿਹੜੇ ਨਵਜੋਤ ਸਿੰਘ ਸਿੱਧੂ ਮੌਜੂਦ ਸੀ। ਤਾਂ ਉਸ ਤੋਂ ਬਾਅਦ ਜਦੋਂ ਧੂਰੀ ਜਾਂਦੇ ਨੇ ਗੋਲਡੀ ਦੇ ਹੱਕ ਦੇ ਵਿੱਚ, ਤਾਂ ਉੱਥੇ ਪਹਿਲਾਂ ਜਿਹੜੇ ਗੋਲਡੀ ਬੋਲਦੇ ਨੇ, ਫਿਰ ਸੁਨੀਲ ਜਾਖੜ ਬੋਲਦੇ ਨੇ, ਤੇ ਫਿਰ ਜਦੋਂ ਅਚਾਨਕ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਜਾਂਦਾ, ਤਾਂ ਅਚਾਨਕ ਨਵਜੋਤ ਸਿੰਘ ਸਿੱਧੂ ਉੱਠ ਕੇ ਕਹਿ ਦਿੰਦੇ ਨੇ ਕਿ ਮੈਂ ਬੋਲੂੰਗਾ ਨਹੀਂ। ਤਸਵੀਰਾਂ ਵੀ ਆਪਣੇ ਦਰਸ਼ਕਾਂ ਨੂੰ ਤੁਸੀਂ ਦਿਖਾਓ, ਦਿਖਾ ਸਕਦੇ ਹੋ, ਬਿਲਕੁਲ ਨਾਲ ਨਾਲ ਤਸਵੀਰਾਂ ਚੱਲ ਰਹੀਆਂ। ਨਵਜੋਤ ਸਿੰਘ ਸਿੱਧੂ ਜਿਹੜੇ ਆ, ਜਿਹੜੇ ਨਵਜੋਤ ਸਿੰਘ ਸਿੱਧੂ ਜੋ ਉੱਠ ਕੇ ਬੋਲਣ ਲੱਗਦੇ ਨੇ, ਤਾਂ ਉਹ ਪਹਿਲਾਂ ਹੀ ਮਨਾ ਕਰ ਦਿੰਦੇ ਨੇ ਕਿ ਨਹੀਂ ਨਹੀਂ ਨਹੀਂ, ਤੇ ਪਿੱਛੇ ਬੈਠੇ ਅਲਕਾ ਲਾਂਬਾ ਵਗੈਰਾ ਹੋਰੀ ਵੀ ਉਹਨਾਂ ਨੂੰ ਇਸ਼ਾਰੇ ਕਰ ਰਹੇ ਨੇ ਕਿ ਤੁਸੀਂ ਲੈ ਜਾਓ ਬੋਲਣ ਦੇ ਲਈ, ਪਰ ਨਵਜੋਤ ਸਿੰਘ ਸਿੱਧੂ ਜਿਹੜੇ ਮਨਾ ਕਰਕੇ ਬੈਠ ਜਾਂਦੇ ਨੇ। ਤਾਂ ਉਦੋਂ ਤੋਂ ਹੀ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ, ਜਿਵੇਂ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਉਹ ਵਰਤ ਵਗੈਰਾ ਜੋ ਰੱਖਦੇ ਰਹਿੰਦੇ ਨੇ, ਕਿ ਹੋ ਸਕਦਾ ਕੋਈ ਮੌਨ ਵਰਤ ਵਗੈਰਾ ਉਹਨਾਂ ਨੇ ਰੱਖਿਆ ਹੋਵੇ ਅੱਜ ਦਾ ਦਿਨ ਜਿਹੜਾ ਹੋਵੇ, ਤਾਂ ਹੋ ਸਕਦਾ ਕਿ ਇਸ ਕਰਕੇ ਉਹਨਾਂ ਨੇ ਮਨਾ ਕਰ ਦਿੱਤਾ ਹੋਵੇ। ਪਰ ਇੱਕ ਗੱਲ ਹੋਰ ਹੈ ਇਮਰਾਨ, ਕਿ ਬੜੇ ਦਿਨਾਂ ਤੋਂ ਪਤਾ ਸੀ ਨਵਜੋਤ ਸਿੰਘ ਸਿੱਧੂ ਨੂੰ ਕਿ ਪ੍ਰਿਯੰਕਾ ਗਾਂਧੀ ਨੇ ਆਉਣਾ ਹੈ, ਤੇ ਖਾਸ ਮੌਕਾ ਹੈ ਤੇ ਰੈਲੀਆਂ ਦੇ ਦਿਨ ਨੇ, ਕਿ ਸ਼ਾਇਦ ਮੌਨ ਵਰਤ ਨਾ ਰੱਖਿਆ ਹੋਵੇ ਨਵਜੋਤ ਸਿੰਘ ਸਿੱਧੂ ਨੂੰ, ਤਾਂ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਸੀ ਭੁੱਖ ਪੜਤਾਲ ਕਰਦੇ ਲਈ। ਤਾਂ ਦੂਜੇ ਪਾਸੇ ਤੁਸੀਂ ਇਹ ਵੀ ਤਸਵੀਰਾਂ ਦਿਖਾ ਸਕਦੇ ਹੋ ਕਿ ਜਦੋਂ ਅਸੀਂ ਭੁੱਖ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਸ ਰੈਲੀ ਤੋਂ ਠੀਕ ਕੁਝ ਦੇਰ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਜਿਹੜੇ ਧੂਰੀ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਪ੍ਰੋਗਰਾਮ ਦੇ ਵਿੱਚ ਦਿਖਾਈ ਦਿੱਤੇ ਜੀ, ਅੰਮ੍ਰਿਤਸਰ ਦੇ ਇੱਕ ਪ੍ਰੋਗਰਾਮ ਦੇ ਵਿੱਚ ਦਿਖਾਈ ਦਿੱਤੇ ਉਹੀ ਕੱਪੜੇ ਨਾਲ, ਅਲਕਾ ਲਾਂਬਾ ਦੀਆਂ ਤਸਵੀਰਾਂ ਵੀ ਨੇ, ਅਲਕਾ ਲਾਂਬਾ ਦੇ ਵੀ ਜਿਹੜੇ ਕੱਪੜੇ ਰੈਲੀ ਦੇ ਵਿੱਚ ਪਾਏ ਹੋਏ ਨੇ ਉਹੀ, ਤੇ ਨਾਲ ਹੀ ਨਾਲ ਉਹਨਾਂ ਦੇ ਅਨਓਫੀਸ਼ੀਅਲ ਕੋਈ ਪੇਜ ਹੈਗੇ ਆ ਜਿਨ੍ਹਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਆਪਣਾ ਬਿਆਨ ਲਿਖਿਆ, ਜਿਹਦੇ ਵਿੱਚ ਲਿਖਿਆ ਇੱਕ ਘੰਟਾ ਪਹਿਲਾਂ ਦੀਆਂ ਇਹ ਤਸਵੀਰਾਂ ਨੇ, ਤਾਂ ਉਹਦੇ ਵਿੱਚ ਲਿਖਦੇ ਨੇ ਕਿ ਅੱਜ ਐਨਆਰਆਈ ਮੀਟਿੰਗ ਦੌਰਾਨ ਬੇਮਿਸਾਲ
ਪਿਆਰ ਅਤੇ ਸਮਰਥਨ ਦੇਖ ਕੇ ਬਹੁਤ ਖੁਸ਼ੀ ਹੋਈ। ਮੈਂ ਉਹਨਾਂ ਦੇ ਇਸ ਪਿਆਰ ਦਾ ਹਮੇਸ਼ਾ ਰਿਣੀ ਰਹਾਂਗਾ ਤੇ ਜਦੋਂ ਧੰਨਵਾਦੀ ਰਹਾਂਗਾ। ਮਾਈਕ ਦੇ ਉੱਤੇ ਬੋਲਦੇ ਹੋਏ ਦਿਖਾਈ ਦੇ ਰਹੇ ਨੇ, ਕਾਫੀ ਮਾਈਕ ਮੀਡੀਆ ਦੇ ਵੀ ਪਏ ਨੇ ਤੇ ਪ੍ਰੋਗਰਾਮ ਵਾਲਾ ਮਾਈਕ ਵੀ ਨਵਜੋਤ ਸਿੰਘ ਦੇ ਅੱਗੇ ਜਿਹਦੇ ਵਿੱਚ ਬੋਲਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ, ਦਰਸ਼ਕ ਆਪਣੇ ਦੇਖ ਸਕਦੇ ਨੇ। ਤਾਂ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੋਈ ਮੌਨ ਵਰਤ ਨਹੀਂ ਸੀ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਬੋਲੇ ਸੀ। ਹੁਣ ਕੋਈ ਨਾਰਾਜ਼ਗੀ ਹੈ ਜਾਂ ਇਸ ਕਰਕੇ ਨਹੀਂ ਬੋਲੇ, ਹਾਲਾਂਕਿ ਇਹ ਵੀ ਸਾਫ਼ ਨਹੀਂ ਹੈ, ਪਰ ਇਹ ਗੱਲ ਪੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਮੌਨ ਵਰਤ ਕਰਕੇ ਚੁੱਪ ਨਹੀਂ ਹੋਏ, ਮੌਨ ਵਰਤ ਕਰਕੇ ਚੁੱਪ ਨਹੀਂ ਹੋਏ ਤੇ ਹੋ ਸਕਦਾ ਕੋਈ ਨਾ ਕੋਈ ਨਾਰਾਜ਼ਗੀ ਜਿਹੜੀ ਉਹ ਜ਼ਰੂਰ ਹੋ ਸਕਦੀ ਹੈ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਬੋਲੇ ਨੇ। ਤਾਂ ਉਦੋਂ ਤੋਂ ਹੀ ਅਸੀਂ ਲੱਗੇ ਹੋਏ ਸੀ, ਤਸਵੀਰਾਂ ਸਾਹਮਣੇ ਆ ਗਈਆਂ ਜੀ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਿਖਾਈ ਦੇ ਰਹੇ ਸੀਗੇ ਬੋਲਦੇ ਹੋਏ। ਤੇ ਜੇ ਮੌਨ ਵਰਤ ਹੁੰਦਾ ਤਾਂ ਨਵਜੋਤ ਸਿੰਘ ਸਿੱਧੂ ਕੁਝ ਦੇਰ ਪਹਿਲਾਂ ਰੈਲੀ ਤੋਂ ਨਾ ਬੋਲੇ, ਤਾਂ ਰੈਲੀ ਦੇ ਵਿੱਚ ਕੁਝ ਦੇਰ ਪਹਿਲਾਂ ਬੋਲੇ, ਪਰ ਅਚਾਨਕ ਨਵਜੋਤ ਸਿੰਘ ਸਿੱਧੂ ਪ੍ਰਿਯੰਕਾ ਵਾਲੀ ਰੈਲੀ ਦੇ ਵਿੱਚ ਬੋਲਣ ਤੋਂ ਸਾਫ਼ ਮਨਾ ਕਰਦੇ ਦਿਖਾਈ ਦੇ ਰਹੇ ਨੇ। ਇਹ ਤੋਂ ਸਾਫ਼ ਹੈ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ, ਤੇ ਇਹ ਵੀ ਗੱਲ ਸਾਫ਼ ਹੈ ਕਿ ਇਸ ਤਰੀਕੇ ਦੇ ਨਾਲ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਾਰਾਜ਼ਗੀ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਵੀ ਇੱਕ ਵਾਰ ਫਿਰ ਤੋਂ ਦਰਜ ਕਰਵਾਈ ਹੈ। ਜੀ ਬਿਲਕੁਲ, ਸਿੱਧੂ ਸਾਹਿਬ ਕੀ ਲੱਗਦਾ ਜੇਕਰ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋਣਗੇ ਤਾਂ ਇਹ ਨਾਰਾਜ਼ਗੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੋ ਸਕਦੀ ਆ, ਜਾਂ ਫਿਰ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਪੰਜਾਬ ਮਾਡਲ ਪੇਸ਼ ਕੀਤਾ ਕੀ ਹੋ ਸਕਦਾ ਉਹ ਮੈਨੀਫੈਸਟੋ ਦਾ ਹਿੱਸਾ ਬਣਨ ਜਾਂ ਨਹੀਂ ਬਣਨ, ਖੈਰ ਬਾਅਦ ਦੀ ਗੱਲ ਆ। ਇਹ ਨਾਰਾਜ਼ਗੀ ਆਖਰ ਕਿਸ ਚੀਜ਼ ਦੀ ਹੋ ਸਕਦੀ ਆ, ਪੰਜਾਬ ਮਾਡਲ ਨੂੰ ਲੈ ਕੇ ਹੋ ਸਕਦੀ ਆ ਜਾਂ ਫਿਰ ਸੀਐਮ ਦੇ ਚਿਹਰੇ ਨੂੰ ਲੈ ਕੇ ਹੋ ਸਕਦੀ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਭਾਵੇਂ ਸੀਐਮ ਚਿਹਰੇ ਦੇ ਲੈ ਕੇ ਕੁਝ ਨਹੀਂ ਬੋਲਦੇ ਹੋਏ ਨਜ਼ਰ ਆਏ, ਪਰ ਉਹਨਾਂ ਦਾ ਪਰਿਵਾਰ ਖੁੱਲ੍ਹ ਕੇ ਬੋਲਦਾ ਹੋਇਆ ਨਜ਼ਰ ਜ਼ਰੂਰ ਆਉਂਦਾ ਹੈ। ਨਹੀਂ ਉਹ ਸਾਫ਼ ਹੀ ਹੈ ਇਮਰਾਨ, ਕਿ ਜਿਹੜੀ ਨਾਰਾਜ਼ਗੀ ਆ ਉਹ ਸੀਐਮ ਚਿਹਰੇ ਨੂੰ ਲੈ ਕੇ ਹੈ, ਤੇ ਜੋ ਹਾਲਾਤ ਨੇ ਕਾਂਗਰਸ ਦੇ ਉਹ ਵੀ ਜਿਹੜੇ ਸਰਦੀ ਹੋਈ ਕਾਂਗਰਸ ਦੇ ਵੀ ਦਿਖਾਈ ਦੇ ਰਹੀ ਹੈ, ਤੇ ਕਾਂਗਰਸ ਸਰਦੀ ਦਿਖਾਈ ਦਿੱਤੀ ਕਰਕੇ ਹੀ ਲਗਾਤਾਰ ਜਿਹੜੇ ਵੱਡੇ ਲੀਡਰ ਰਵਨੀਤ ਸਿੰਘ ਸਿੱਧੂ ਵਰਗੇ ਜਿਹੜੇ ਕਦੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵਿਰੋਧ ਕਰਦੇ ਹੁੰਦੇ ਸੀ, ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉੱਥੇ ਪਹੁੰਚ ਰਹੇ ਸੀ। ਇਹਦਾ ਨਵਜੋਤ ਸਿੰਘ ਸਿੱਧੂ ਨੂੰ ਇਸ ਤਰੀਕੇ ਨਾਲ ਮਨਾਉਣ ਦੀ ਆਪਣੀਆਂ ਸੋਚਾਂ ਵੀ ਹਾਈਕਮਾਨ ਦੀਆਂ ਕਹਿ ਲਓ, ਚਾਹੇ ਕਹਿ ਲਓ ਕਿ ਵੱਡੇ ਲੀਡਰਾਂ ਦੀਆਂ ਪੰਜਾਬ ਦੀਆਂ, ਚਾਹੇ ਹਾਈਕਮਾਨ ਨੂੰ ਡਿਊਟੀ ਕਹਿ ਲਓ ਕਿ ਉਹਨਾਂ ਨੇ ਲਾਈ ਹੋਵੇ ਕਿ ਮਨਾਓ ਭਾਈ ਨਵਜੋਤ ਸਿੰਘ ਸਿੱਧੂ ਦੀ ਸਾਫ਼ ਨਾਰਾਜ਼ਗੀ ਤਾਂ ਹੈਗੀ ਹੋਈ ਹੈ ਉਸਦੇ ਸੀਐਮ ਚਿਹਰੇ ਨੂੰ ਲੈ ਕੇ, ਜਿੱਥੇ ਨਾਰਾਜ਼ਗੀ ਦਿਖ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਅੰਦਰ ਪ੍ਰਚਾਰ ਕਰਦੇ ਦਿਖਾਈ ਨਹੀਂ ਸੀ ਦੇ ਰਹੇ, ਤਾਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਸੀ। ਤਾਂ ਇੱਕ ਵਾਰ ਫਿਰ ਤੋਂ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਵੀ ਸੱਦਿਆ, ਉੱਥੇ ਵੀ ਨਵਜੋਤ ਸਿੰਘ ਸਿੱਧੂ ਨੇ ਬੋਲਣ ਤੋਂ ਇਨਕਾਰ ਕੀਤਾ। ਇੱਕ ਗੱਲ ਹੋਰ ਇੱਕ ਤੁਹਾਨੂੰ ਚੇਤਾ ਹੋਊਗੀ ਕਿ ਨਵਜੋਤ ਸਿੰਘ ਸਿੱਧੂ ਸਾਫ਼ ਤੌਰ ਤੇ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਤੁਸੀਂ ਪੰਜਾਬ ਦੇ ਨਾਲ ਨਹੀਂ ਖੜੋਗੇ, ਜੇ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਖੜੋਗੇ ਤਾਂ ਨਵਜੋਤ ਸਿੰਘ ਸਿੱਧੂ ਹੈ ਨੀ, ਜੇ ਪੰਜਾਬ ਮਾਡਲ ਹੈ ਨੀ ਤਾਂ ਨਵਜੋਤ ਸਿੰਘ ਸਿੱਧੂ ਹੈ। ਇਹੀ ਕਾਰਨ ਹੈ ਕਿ ਜਿਸ ਤਰੀਕੇ ਦੇ ਜਿਹੜੇ ਮੈਨੀਫੈਸਟੋ, ਹੋ ਸਕਦਾ ਕਿ ਉਹਨਾਂ ਨੂੰ ਪਤਾ ਲੱਗਿਆ ਹੋਵੇ ਕਿ ਮੈਨੀਫੈਸਟੋ ਦੇ ਵਿੱਚ ਪੰਜਾਬ ਮਾਡਲ ਦੀ ਕੋਈ ਥਾਂ ਨਹੀਂ, ਇਸੇ ਕਰਕੇ ਉਹਨਾਂ ਨੇ ਕੱਲ ਖੁਦ ਲਾਂਚ ਕਰਤਾ ਹੋਵੇ ਆਪਣਾ ਪੰਜਾਬ ਮਾਡਲ, ਤਾਂ ਉਹ ਵੀ ਨਾਰਾਜ਼ਗੀ ਜਿਹੜੀ ਹੋ ਸਕਦੀ ਹੈ ਕਿ ਭਾਈ ਠੀਕ ਹੈ ਪਹਿਲਾਂ ਤੁਸੀਂ ਮੁੱਖ ਮੰਤਰੀ ਨੂੰ ਨਹੀਂ ਬਣਾਇਆ, ਮੁੱਖ ਮੰਤਰੀ ਟੀਮ ਨਹੀਂ ਬਣਾਇਆ, ਤਾਂ ਤੁਸੀਂ ਪੰਜਾਬ ਮਾਡਲ ਜਿਹੜਾ ਉਹ ਨਹੀਂ ਲਾਗੂ ਕਰ ਰਹੇ, ਤਾਂ ਇਸੇ ਕਰਕੇ ਉਹਨਾਂ ਨੇ ਜਦ ਤੱਕ ਕੀਤਾ ਤੇ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਉੱਥੇ ਹੋ ਕੇ ਵੀ ਨਾ ਹੋਣ ਵਰਗਾ ਜੋ ਕਰ ਰਹੇ ਸੀ। ਬੇਸ਼ੱਕ ਸਰੀਰਕ ਤੌਰ ਤੇ ਨਵਜੋਤ ਸਿੰਘ ਸਿੱਧੂ ਉੱਥੇ ਸੀ, ਪਰ ਜਵਾਨੀ ਤੌਰ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਉੱਥੇ ਬੋਲਦੇ ਦਿਖਾਈ ਨਹੀਂ ਦਿੰਦੇ, ਜੇ ਆਪਾਂ ਕਹੀਏ ਕਿ ਨਵਜੋਤ ਸਿੰਘ ਸਿੱਧੂ ਦੀ ਸਾਫ਼ ਨਾਰਾਜ਼ਗੀ ਹੋ ਸਕਦੀ ਹੈ। ਹੋ ਸਕਦਾ ਕਿ ਮੈਨੀਫੈਸਟੋ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਨੂੰ ਹੋ ਸਕਦਾ ਕਿ ਬਹੁਤ ਸਮਾਨ ਹਨ ਸੀ ਜੀ, ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਨਾਰਾਜ਼ਗੀ ਜਿਹੜੀ ਦਰਜ ਕਰਵਾਈ ਜਾ ਰਹੀ ਹੈ। ਲਗਾਤਾਰ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਰਹੇ ਆ ਕਿ ਭਾਈ ਮੈਂ ਨਾਲ ਨਹੀਂ, ਜੇ ਪੰਜਾਬ ਮਾਡਲ ਨਹੀਂ ਤਾਂ ਮੈਂ ਨਾਲ ਨਹੀਂ, ਤਾਂ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੇ ਉਸੇ ਕਰਕੇ ਹੀ ਜਿਹੜੇ ਨਾਰਾਜ਼ਗੀ ਦਰਜ ਕਰਾਈ ਹੋਵੇ। ਸੀਐਮ ਕਿਹਦੇ ਨੂੰ ਲੈ ਕੇ ਵੀ ਹੈਗੀ ਹੈ, ਪੰਜਾਬ ਮਾਡਲ ਨੂੰ ਲੈ ਕੇ ਵੀ ਹੋ ਸਕਦੀ ਹੈ, ਤੇ ਇਹ ਗੱਲ ਸਾਫ਼ ਹੈ ਕਿ ਨਾਰਾਜ਼ਗੀ ਜ਼ਰੂਰ ਹੈ, ਤੇ ਇਹ ਵੀ ਗੱਲ ਸਾਫ਼ ਹੈ ਕਿ ਜਿਹੜੇ ਰੈਲੀ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਸੀਗੇ, ਆਪਾਂ ਬੁੱਤ ਟਾਈਪ ਆਪਾਂ ਜਾਂ ਪੋਸਟਰ ਟਾਈਪ ਆਪਾਂ ਕਹਿ ਲਈਏ, ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਗਾਇਬ ਸੀਗੇ। ਬਿਲਕੁਲ, ਪ੍ਰਿਯੰਕਾ ਗਾਂਧੀ ਇੱਕ ਪਾਸੇ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੂਜੇ ਪਾਸੇ, ਚੰਨੀ ਅਤੇ ਪ੍ਰਿਯੰਕਾ ਗਾਂਧੀ ਸੀ, ਤਾਂ ਬਹੁਤ ਹੀ ਤਰਜੀਹ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦਿੰਦੀ ਦਿਖਾਈ ਨਹੀਂ ਸੀ ਦਿੰਦੀ, ਤਾਂ ਇਸ ਕਰਕੇ ਇਹ ਹੋ ਸਕਦਾ ਕਿ ਸਿੱਧੂ ਦੀ ਨਾਰਾਜ਼ਗੀ ਹੋਵੇ, ਤੇ ਨਾਲ ਹੀ ਨਾਲ ਇਹ ਵੀ ਗੱਲ ਹੈ ਕਿ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਆ ਰਹੀਆਂ ਜੀ। ਸੁਖਵਿੰਦਰ, ਹਾਈਕਮਾਨ ਦੇ ਵੱਲੋਂ ਇਹ ਵੀ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਚੰਨੀ ਨੂੰ ਅੱਗੇ ਕਰਨ ਦੇ ਨਾਲ ਦੂਜੀਆਂ ਜਾਤਾਂ ਵਾਲੀਆਂ ਦੀਆਂ ਵੋਟਾਂ ਵੀ ਖਰਾਬ ਹੋ ਸਕਦੀਆਂ, ਤੇ ਨਾਲ ਹੀ ਨਾਲ ਨਵਜੋਤ ਸਿੰਘ ਸਿੱਧੂ ਨੂੰ ਸਾਈਡ ਲਾਈਨ ਕਰਨ ਦੇ ਨਾਲ
ਜਿਹੜੇ ਲੋਕ ਹੈ ਬਦਲਾਵ ਵਾਲੇ ਉੱਧਰ ਉਹ ਜਿਹੜਾ ਆਮ ਆਦਮੀ ਪਾਰਟੀ ਵਾਲੇ ਪਾਸੇ ਝੁਕਾ ਦੇ ਰਹੇ ਨੇ। ਬਿਲਕੁਲ ਇੱਕ ਵਾਰ ਫਿਰ ਤੋਂ ਆਪਣੀ ਰਾਜਨੀਤੀ ਦਾ ਦਰਜ ਕਰਾ ਦੀ, ਇੱਕ ਵਾਰ ਫਿਰ ਆਪਣੇ ਜਵਾਨ ਦੇ ਖੜੇ ਉੱਤੇ ਜੇ ਪੰਜਾਬ ਮਾਡਲ ਨਹੀਂ ਤਾਂ ਨਾ ਹੋ। ਬਿਲਕੁਲ ਸੁਮਿੰਦਰ, ਮੇਰਾ ਸਵਾਲ ਇਹੀ ਸੀ, ਅਗਲਾ ਸਵਾਲ ਮੇਰਾ ਇਹੀ ਸੀ ਕਿ ਨਵਜੋਤ ਸਿੰਘ ਸਿੱਧੂ ਨਾਰਾਜ਼ ਨੇ, ਕਾਂਗਰਸ ਦੇ ਵਿੱਚ ਨਾਰਾਜ਼ਗੀਆਂ ਦਾ ਦੌਰ ਹਾਲੇ ਵੀ ਚੱਲ ਰਿਹਾ, ਇੱਕ ਹਫ਼ਤਾ ਜਿਹੜਾ ਵੋਟਾਂ ਦੇ ਵਿੱਚ ਰਹਿ ਗਿਆ, ਕਿ ਕਾਂਗਰਸ ਇਸ ਦਾ ਕਿੰਨਾ ਕੁ ਖਮਿਆਜਾ ਭੁਗਤਣਾ ਪੈ ਸਕਦਾ? ਪੂਰਾ ਖਮਿਆਜਾ, ਪੂਰਾ ਖਮਿਆਜਾ ਇਮਰਾਨ ਖਾਨ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਲਗਾਤਾਰ ਦੱਸਦੀ ਹਟਿਆ ਕਿ ਲਗਾਤਾਰ ਨਾਰਾਜ਼ ਚੱਲਦੇ ਚੱਲ ਰਹੇ ਨੇ ਤੇ ਜੋ ਹਾਲਾਤ ਬਣ ਰਹੇ ਨੇ ਆਮ ਆਦਮੀ ਪਾਰਟੀ ਦੇ ਵਾਸਤੇ, ਜੋ ਹਾਲਾਤ ਬਣ ਰਹੇ ਨੇ ਕਾਂਗਰਸ ਪਾਰਟੀ ਦੇ ਵਾਸਤੇ, ਉਹ ਸਭ ਨੂੰ ਦੇਖਦੇ ਹਾਂ। ਕਾਂਗਰਸ ਨੂੰ ਲਗਾਤਾਰ ਨਵਜੋਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈ, ਲਗਾਤਾਰ ਜਿਹੜੇ ਲੀਡਰ ਉੱਥੇ ਭੇਜੀ ਜਾ ਰਹੀ ਹੈ, ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਵਰਗਲਾਇਆ ਜਾ ਰਿਹਾ, ਲੋਕਾਂ ਨੂੰ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਫੈਨ ਕਹਿ ਲਓ, ਫੋਲੋਅਰ ਕਹਿ ਲਓ ਜਾਂ ਵੋਟਰ ਕਹਿ ਲਓ, ਉਹਨਾਂ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਹੈ ਕਿ ਭਾਈ ਜਿਵੇਂ ਸੁਪਰ ਸੀਐਮ ਦਾ ਬਿਆਨ ਜਿਹੜਾ ਬਿਲਕੁਲ ਦੱਸਿਆ ਗਿਆ ਕਿ ਲੋਕਾਂ ਨੂੰ ਕਿਤੇ ਇਹ ਨਾ ਜਾਵੇ ਕਿ ਸਿੱਧੂ ਦਾ ਦਬਾਅ ਨਹੀਂ ਆਊ, ਤਾਂ ਉਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਹੈ ਕਿ ਬੜਾ ਕੁਛ ਦਿੱਤਾ ਜਾਊਗਾ, ਸਰਕਾਰ ਸਿੱਧੂ ਦੇ ਹਿਸਾਬ ਨਾਲ ਮੰਤਰੀ ਬਣਨਗੇ, ਤਾਂ ਉਹ ਚੀਜ਼ਾਂ ਜਿਹੜੀਆਂ ਭਰਮਾਉਣ ਦੀ ਕੋਸ਼ਿਸ਼ ਸੀਗੀ ਕਿ ਸਿੱਧੂ ਦੇ ਕਰਕੇ ਕੋਈ ਨੁਕਸਾਨ ਨਾ ਹੋ, ਪਰ ਨੁਕਸਾਨ ਸਾਫ਼ ਤੌਰ ਦਿਖਾਈ ਦੇ ਰਿਹਾ ਲਗਾਤਾਰ ਆਪਾਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਉਹ ਦੱਸ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਪਾਈਪਲਾਈਨ ਸਭ ਦੇ ਨਾਲ ਆਮ ਆਦਮੀ ਪਾਰਟੀ ਦੇ ਵੋਟਰ ਦੇ ਵਿੱਚ ਕਾਫ਼ੀ ਜ਼ਿਆਦਾ ਇਜ਼ਾਫਾ ਹੋਇਆ, ਤੇ ਲਗਾਤਾਰ ਆਪਾਂ ਇਹਦੀ ਗੱਲ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਦੇਖੋ ਇਹ ਸਿਰਫ ਇਕੱਲੇ ਸਿੱਧੂ ਦੀ ਨਾਰਾਜ਼ਗੀ ਨਹੀਂ ਹੈ, ਸਿਰਫ ਔਰ ਸਿਰਫ ਸਿੱਧੂ ਦੀ ਨਾਰਾਜ਼ਗੀ ਨਹੀਂ, ਉੱਧਰ ਰਾਣਾ ਗੁਰਜੀਤ ਬਾਬ ਦੇ ਖਹਿਰਾ ਬਿਲਕੁਲ ਬਾਬਾ ਹਨਵੀ ਉੱਧਰ ਲੜਾਈ ਚੱਲ ਰਹੀ ਹੈ, ਤਾਂ ਉੱਧਰ ਬਟਾਲੇ ਦੇ ਵਿੱਚ ਵੀ ਮੰਤਰੀਆਂ ਦੇ ਵਿੱਚ ਲੜਾਈ ਹੈ, ਲਗਾਤਾਰ ਹਰ ਪਾਸੇ ਜੇ ਮੈਂ ਕਹਾਂ ਉੱਧਰ ਮਾਲਵੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ, ਹਰਵਿੰਦਰ ਸਿੰਘ ਲਾਡੀ, ਰਾਜਾ ਬੜਿੰਗ ਦੇ ਵਿਚਕਾਰ ਲੜਾਈ ਹੈ, ਹਰ ਪਾਸੇ ਲੜਾਈ ਹੀ ਲੜਾਈ ਹੈ, ਖਮਿਆਜਾ ਕਾਂਗਰਸ ਨੂੰ ਜ਼ਰੂਰ ਭੁਗਤਣਾ ਪਊਗਾ। ਆਪਣੇ ਪ੍ਰੋਗਰਾਮ ਲਗਾਤਾਰ ਆਪਾਂ ਦੱਸਦੇ ਰਹੇ ਹਾਂ ਕਿ 2012 ਵਾਲੀ ਸਥਿਤੀ ਹੈ, ਕਾਂਗਰਸ ਦੀ ਰਿਪੀਟ ਕਰ ਸਕਦੀ ਸੀ, ਉਦੋਂ ਵੀ ਜਿੱਤ ਸਕਦੀ ਸੀ, ਪਰ ਕਾਂਗਰਸ ਨੇ ਕਾਂਗਰਸ ਦਿੱਤਾ ਜੀ, ਉਹ ਵਾਲੀ ਸਥਿਤੀ ਹੈ, ਪੂਰਾ ਖਮਿਆਜਾ ਜੀ ਜੀ ਜੀ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ ਜੁੜਨ ਦੇ ਲਈ। ਸੋ ਬਿਲਕੁਲ ਖਮਿਆਜਾ ਜਿਹੜਾ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਆ ਕਿ ਕਾਂਗਰਸ ਦੇ ਵਿੱਚ ਹਾਲੇ ਵੀ ਜਿਹੜਾ ਆ ਅੰਦਰੂਨੀ ਕਲੇਸ਼ ਚੱਲਦਾ ਹੋਇਆ ਨਜ਼ਰ ਆ ਰਿਹਾ। ਨਵਜੋਤ ਸਿੰਘ ਸਿੱਧੂ ਦੀ ਇਹ ਨਾਰਾਜ਼ਗੀ, ਇਹ ਇਸ਼ਾਰਾ ਨਾ ਬੋਲਣ ਦੇ ਇਸ਼ਾਰੇ ਨੇ ਹੋਰ ਵੀ ਸਿਆਸਤ ਗਰਮਾ ਦਿੱਤੀ ਹੈ, ਕਾਂਗਰਸ ਦੇ ਵਿੱਚ ਚਰਚਾਵਾਂ ਜਿਹੜੀਆਂ ਹੋਰ ਵੀ ਤੇਜ਼ ਹੋ ਸਕਦੀਆਂ ਨੇ, ਵਿਰੋਧੀਆਂ ਨੂੰ ਮੌਕਾ ਵੀ ਮਿਲ ਸਕਦਾ। ਸੋ ਲਗਾਤਾਰ ਤੁਹਾਨੂੰ ਹੋਰ ਵੀ ਪਲ ਪਲ ਦੀ ਜਾਣਕਾਰੀ ਦਿੰਦੇ ਰਹਾਂਗੇ, ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।